ਹਾਂਜੀ ਸ਼ਸ਼ੀਕਲ ਜੀ ਕੀ ਹਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੇ ਆਪਣੇ ਇਸ YouTube ਚੈਨਲ ਹਰਮਨ ਮਾਨ ਦੇ ਉੱਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਾਂ ਹਰ ਇੱਕ ਬੁੱਧਵਾਰ ਨੂੰ ਟਰੈਕਟਰ ਮੰਡੀ ਦੇ ਵਿੱਚ ਜਾ ਕੇ ਟਰੈਕਟਰਾਂ ਦੇ ਨਵੇਂ-ਨਵੇਂ ਜਾਂ ਲੇਟੈਸਟ ਚੱਲ ਰਹੇ ਰੇਟਾਂ ਬਾਰੇ ਵੀਡੀਓ ਬਣਾ ਕੇ ਤੁਹਾਨੂੰ ਸਾਰੇ ਸਾਰਿਆਂ ਨੂੰ ਜਾਣਕਾਰੀ ਦਿੰਨੇ ਆ ਕਿ ਕੀ ਰੇਟ ਚੱਲ ਰਹੇ ਨੇ ਉਮੇ ਹੀ ਅੱਜ ਆਪਾਂ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਏ ਆ ਜਿਸ ਦੇ ਵਿੱਚ ਆਪਾਂ ਆਇਸ਼ਰ 380 ਟਰੈਕਟਰ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਉਹਦੀਆਂ ਪਾਵਰ ਕਿੰਨੀ ਆ ਹਰ ਇੱਕ ਚੀਜ਼ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਇਦਾਂ ਦੀ ਹੀ ਆਪਾਂ ਟਰੈਕਟਰਾਂ ਬਾਰੇ ਵੀਡੀਓ ਹੋਰ ਲੈ ਕੇ ਆਏ ਕਰਾਂਗੇ ਉਹਨਾਂ ਜਾਂ ਸੰਦਾਂ ਬਾਰੇ ਜਾਣਕਾਰੀ ਜਾਂ ਨਵੀਆਂ ਆ ਰਹੀਆਂ ਮਸ਼ੀਨਰੀ ਬਾਰੇ ਜਾਣਕਾਰੀ ਹਨਾ ਜਾਂ ਜਿਵੇਂ ਕੰਪੈਰੀਜਨ ਟਰੈਕਟਰਾਂ ਦਾ ਲੈ ਕੇ ਆਏ ਕਰਾਂਗੇ ਤੇ ਪਰ ਜੇ ਤੁਸੀਂ ਹਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੇ ਵਾਲਾ ਬਟਨ ਜ਼ਰੂਰ ਦਬ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਬਹੁਤਾ ਟਾਈਮ ਆਪਾਂ ਨਾ ਖਰਾਬ ਕਰਦੇ ਹੋਏ ਆਪਾਂ ਚੱਲਦੇ ਆਂ ਅੱਜ ਦੀ ਜੋ ਵੀਡੀਓ ਆ ਵੀਡੀਓ ਲੈ ਕੇ ਆਏ ਆ ਆਪਾਂ ਉਹਦੀ ਜਾਣਕਾਰੀ ਦੇ ਬਾਰੇ ਹਨ ਜਿਹੜਾ ਵੀਰੂ ਟਰੈਕਟਰ ਆਉਂਦਾ ਆਇਸ਼ਰ 380 ਸੁਪਰ ਪਾਵਰ ਉਹ ਵੀ ਜਿਹੜੀ ਲੋਕਾ ਉਹ ਪਹਿਲਾਂ ਨਾਲੋਂ ਜ਼ਿਆਦਾ ਤਾਂ ਨਹੀਂ ਬਦਲੀ ਗਈ ਹੈ ਨਾ ਪਰ ਇਹਨੂੰ ਜਿੰਨੇ ਜ਼ਿਆਦਾ ਮਜ਼ਬੂਤ ਬਣਾਉਣ ਲਈ ਇਹਦਾ ਜਿਹੜਾ ਬੰਪਰ ਉਹ ਹੈਵੀ ਡਿਊਟੀ ਬੰਪਰ ਲਾਇਆ ਗਿਆ ਜਿਹੜਾ ਕਿ ਜਿਵੇਂ ਆਪਾਂ ਕਹਿ ਲਈਏ ਵਿੱਚੋਂ ਸੋਲਿਡਾ ਹੈਵੀ ਡਿਊਟੀ ਹੈਗਾ ਇਹ ਟਰੈਕਟਰ ਨੂੰ ਅੱਗੇ ਉੱਠਣ ਵੀ ਨਹੀਂ ਦਿੰਦਾ ਮੰਨ ਲਓ ਆਪਾਂ ਪਿੱਛੇ ਟਰਾਲੀ ਪਾਈ ਆ ਵੇਟ ਪਾਇਆ ਹੋਇਆ ਇੱਟਾਂ ਦੀਆਂ ਭਾਰਤ ਪਾਉਣ ਦੇ ਵਿੱਚ ਕੰਮ ਚ ਲੈਣਿਆਂ ਜਿਵੇਂ ਵੀ ਇਹ ਮੂਰੋਂ ਟਰੈਕਟਰ ਨੂੰ ਖੜਾ ਨਹੀਂ ਹੋਣ ਦਿੰਦਾ ਇਹ ਇਹਦੇ ਵਿੱਚ ਬਦਲਾਅ ਕੀਤਾ ਗਿਆ ਨਾ ਇਹ ਟਰੈਕਟਰ ਦੀ ਜੇ ਆਪਾਂ ਵੇਟ ਦੀ ਗੱਲ ਕਰੀਏ ਟੋਟਲ ਭਾਰ ਇਹਦੇ ਵਿੱਚ 1922 ਕਿਲੋ ਭਾਰ ਹੈਗਾ ਤੇ ਇਹਦੀ ਲੰਬਾਈ ਚੜਾਈ ਤੇ ਹਾਈਟ ਦੀ ਗੱਲ ਕਰੀਏ ਤਾਂ 355 ਮਿਮ ਦੀ ਲੰਬਾਈ ਆ ਆਪਾਂ ਕਹਿ ਸਕਦੇ ਹਾਂ ਕਿ ਸਾਢੇ 3 ਮੀਟਰ ਲੰਬਾਈ ਆ ਤੇ ਚੜਾਈ ਇਹਦੀ ਹੈਗੀ ਆ ਮਤਲਬ ਹੀ 1710 ਮਿਮ ਜਿਹਨੂੰ ਆਪਾਂ ਜੇ ਆਪਾਂ ਮੀਟਰਾਂ ਦੇ ਵਿੱਚ ਬਦਲੀਏ ਤਾਂ ਪੌਣੇ 2 ਮੀਟਰ ਇਹਦੀ ਚੜਾਈ ਬਣਦੀ ਆ ਤੇ ਜਿਹੜੀ ਇਹਦੀ ਹਾਈਟ ਉਹ ਹੈਗੀ ਹੈਗੀ ਸਵਾ 2 ਮੀਟਰ ਇਹਦੀ ਹਾਈਟ ਆ ਤੇ ਜੇ ਆਪਾਂ ਇਹਦੀ ਗਾਰੰਟੀ ਦੀ ਗੱਲ ਕਰੀਏ ਤਾਂ 2000 ਘੰਟੇ ਕੰਪਨੀ ਵੱਲੋਂ ਇਹਦੀ ਗਾਰੰਟੀ ਮਿਲਦੀ ਆ ਜਾਂ ਫਿਰ 2 ਸਾਲ ਇਹ ਐ ਹੁੰਦੀ ਹੈ ਵੀਰੋ ਮੰਨ ਲਓ ਆਪਣਾ ਟਰੈਕਟਰ 1500 ਘੰਟਾ ਚੱਲ ਗਿਆ 2 ਸਾਲਾਂ ਦੇ ਵਿੱਚ ਤੇ 2 ਸਾਲ ਪੂਰੇ ਹੋ ਗਏ ਤਾਂ ਆਪਣੀ ਗਾਰੰਟੀ ਖਤਮ ਹੋ ਜੂ ਉਧਰੋਂ ਜੇ ਆਪਣਾ ਸਾਲ ਦੇ ਵਿੱਚ ਹੀ ਆਪਾਂ ਮੰਨ ਲਓ 2000 ਘੰਟੇ ਤੋਂ ਉੱਪਰ ਚਲਾਤਾ 2100 ਘੰਟਾ ਚਲਾਤਾ ਤਾਂ ਆਪਣੀ ਸਾਲ 'ਚ ਗਾਰੰਟੀ ਖਤਮ ਹੋ ਜੂ ਐ ਹੁੰਦੀ ਹੈ 2000 ਘੰਟੇ ਜਾਂ ਫਿਰ 2 ਸਾਲ ਜਿਹੜੀ ਚੀਜ਼ ਪਹਿਲਾਂ ਹੋ ਜੇ ਉਦੋਂ ਗਾਰੰਟੀ ਉਦੋਂ ਤੱਕ ਹੁੰਦੀ ਹੈ ਠੀਕ ਹੈ ਜੇ ਆਪਾਂ ਇਹਦੀ ਆਪਾਂ ਫਰੰਟ ਲੁੱਕ ਦੀ ਗੱਲ ਕਰੀਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਰੈਕਟਰ ਹਨਾ ਇਹ ਇਹਦੀ ਫਰੰਟ ਲੁੱਕ ਬਹੁਤ ਹੀ ਸੋਹਣੀ ਮਿਲਦੀ ਹੈ ਜਿਸ ਦੇ ਵਿੱਚ ਆਪਾਂ ਨੂੰ ਦੋ ਫਰੰਟ ਲਾਈਟਾਂ ਦੇ ਵਿਚਾਲੇ ਆਇਸ਼ਰ ਦਾ ਇੱਕ ਲੋਗੋ ਲੱਗਿਆ ਹੋਇਆ ਹੈ ਐਮਐਲ ਦਾ ਫਰੰਟ ਤੋਂ ਬਹੁਤ ਸੋਹਣਾ ਲੱਗਦਾ ਹੈ ਟਰੈਕਟਰ ਹੈ ਨਾ ਇਹਦੀ ਜਿਹੜੀ ਆਪਾਂ ਬ੍ਰਾਂਡਿੰਗ ਮਤਲਬ ਉਦੀ ਗੱਲ ਕਰੀਏ ਤੇ ਨਾਲ ਨਾਲ ਇਹਦਾ ਜਿਹੜਾ ਬਾਰਨਟ ਆ ਉਹਦੇ ਤੇ ਵੀ ਆਇਸ਼ਰ ਦੀ ਬ੍ਰਾਂਡਿੰਗ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਤੇ ਇਹ ਟਰੈਕਟਰ ਦਾ ਜਿਹੜਾ ਹੈਗਾ ਬਾਰਨਟ ਉਹ ਸਿੰਗਲ ਪੀਸ ਬਾਰਨਟ ਹੈਗਾ ਕਾ ਮਤਲਬ ਵੀ ਆਪਾਂ ਇਹਨੂੰ ਅੱਗੋਂ ਜੋ ਚੱਕਦੇ ਆ ਚੱਕ ਕੇ ਤੇ ਮੂਹਰੋਂ ਸਾਰਾ ਇਹਦਾ ਇੰਜਨ ਨਿਕਲਿਆ ਹੁੰਦਾ ਹੈ ਨਾ ਤੇ ਆਪਾਂ ਕੁਛ ਵੀ ਰਿਪੇਅਰ ਕਰਨਾ ਜਾਂ ਮੇਨਟੇਨਸ ਕਰਨੀ ਆ ਤੇ ਆਪਾਂ ਨੂੰ ਸੌਖੀ ਹੋ ਜਾਂਦੀ ਆ ਇਹਦੇ ਐਕਸਲ ਦੀ ਗੱਲ ਕਰੀਏ ਤਾਂ ਇਹਦਾ ਸਟੇਟ ਨਾਨ ਅਡਜਸਟੇਬਲ ਫਰੰਟ ਐਕਸਲ ਮਿਲਦਾ ਵੀਰੇ ਬਟ ਇਹਦਾ ਨਾਨ ਅਡਜਸਟੇਬਲ ਸਟੇਟ ਆ ਜਿਵੇਂ ਕਈਆਂ ਥੋੜਾ ਬੈਂਡੇਬਲ ਹੁੰਦਾ ਇਹਦਾ ਬਿਲਕੁਲ ਸਟੇਟ ਦੇਖਣ ਨੂੰ ਮਿਲੂਗਾ ਮਤਲਬ ਕਿ ਸਿੱਧਾ ਆਪਾਂ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਨਾ ਹੁਣ ਆਪਾਂ ਜੇ ਗੱਲ ਕਰੀਏ ਇਹਦੇ ਜ਼ਰੂਰੀ ਪਾਰਟ ਮਤਲਬ ਕਿ ਇਹਦੇ ਇੰਜਨ ਦੀ ਤਾਂ ਇਹਦੇ ਚ ਆਪਾਂ ਨੂੰ 3 ਸਿਲੰਡਰ 42 ਐਚਪੀ ਮਤਲਬ 42 ਹਾਰਸ ਪਾਵਰ ਦਾ ਸਿੰਪਸਨ ਸਿੰਪਸਨ ਕੰਪਨੀ ਦਾ ਵਾਟਰ ਕੂਲਡ ਇੰਜਨ ਮਿਲਦਾ ਸਿੰਪਸਨ ਕੰਪਨੀ ਜੋ ਕਿ ਇੰਜਨ ਬਣਾਉਂਦੇ ਆ ਇਹਨਾਂ ਦਾ ਇੱਕ ਤਾਂ 에ਅਰ ਕੂਲਡ ਜਿਵੇਂ ਆਪਾਂ ਪਹਿਲਾਂ ਟਰੈਕਟਰਾਂ ਚ ਆਉਂਦਾ ਸੀਗਾ ਤਾਂ ਇਹ ਇੱਕ ਵਾਟਰ ਕੂਲਡ ਇੰਜਨ ਆ ਪਾਣੀ ਦੇ ਨਾਲ ਠੰਡਾ ਹੋਣ ਵਾਲਾ ਇੰਜਨ ਜਿਹੜਾ ਆਪਾਂ ਨੂੰ ਮਿਲਦਾ ਤਿੰਨ ਸਿਲੰਡਰ ਤੇ 42 HP ਦਾ ਤੇ ਇਹਦੇ ਚ ਜਿਹੜਾ 2500 CC ਦੀ ਕਯੂਬਿਕ ਕੈਪੈਸਿਟੀ ਮਿਲਦੀ ਆ CC ਮਤਲਬ ਹੁੰਦਾ ਕਯੂਬਿਕ ਕੈਪੈਸਿਟੀ ਹੈ 2500 CC ਦਾ ਇੰਜਨ ਆਪਾਂ ਨੂੰ ਹਣਾ ਇਹਦੇ ਚ ਆਪਾਂ ਨੂੰ ਜਿਵੇਂ ਇਨ ਲਾਈਨ ਫਿਊਲ ਇੰਜੈਕਸ਼ਨ ਪੰਪ ਵੀ ਲੱਗਿਆ ਮਿਲਦਾ ਆਪਾਂ ਨੂੰ 에ਅਰ ਫਿਲਟਰ ਦੀ ਗੱਲ ਕਰੀਏ ਤਾਂ ਔਇਲ ਬਾਥ ਇਹਦੇ ਵਿੱਚ 에ਅਰ ਫਿਲਟਰ ਔਇਲ ਬਾਥ 에ਅਰ ਫਿਲਟਰ ਦਾ ਮਤਲਬ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਤੇਲ ਦੇ ਵਿੱਚ ਭਿੱਜਿਆ ਹੋਇਆ 에ਅਰ ਫਿਲਟਰ ਉਹ ਆਪਾਂ ਨੂੰ ਇਹਦੇ ਵਿੱਚ ਮਿਲਦਾ ਜੇ ਆਪਾਂ ਗੱਲ ਕਰੀਏ ਦੀ ਟ੍ਰਾਂਸਮਿਸ਼ਨ ਦੀ ਮਤਲਬ ਕਿ ਇਹਦੇ ਗੇਅਰਾਂ ਦੀ ਇਹਦੇ ਚ ਆਪਾਂ ਨੂੰ ਜਿਹੜਾ ਸੈਂਟਰ ਸ਼ਿਫਟ ਗੇਅਰ ਬਾਕਸ ਮਿਲਦਾ ਮਤਲਬ ਕਿ ਸੈਂਟਰ ਸ਼ਿਫਟ ਦਾ ਮਤਲਬ ਬਚਾਲੇ ਜਿਹਦੇ ਚ ਆਪਾਂ ਨੂੰ ਸਾਈਡ ਆਪਸ਼ਨ ਵੀ ਮਿਲਦੀ ਹੈ ਸਾਈਡ ਤੇ ਦੋਨੇ ਗियर ਹੋ ਜਾਂਦੇ ਆ ਤੇ ਇਹਦੇ ਵਿੱਚ ਆਪਾਂ ਨੂੰ ਫਰੰਟ 8 ਮਿਲਦੇ ਆ ਤੇ ਰਿਵਰਸ ਦੋ ਗियर ਮਿਲਦੇ ਆ ਫਰੰਟ 8000 ਤੇ ਰਿਵਰਸ ਦੋ ਗियर ਮਿਲਦਾ ਠੀਕ ਹੈ ਜੀ ਤੇ ਜੇ ਗੱਲ ਕਰੀ ਆਪਾਂ ਇਹਦੀ ਸਪੀਡ ਦੀ ਇਹਦੀ ਹਾਈ ਸਪੀਡ ਆਪਾਂ ਜਦੋਂ ਫਰੰਟ ਮਤਲਬ ਫੋਰਵਰਡ ਅੱਗੇ ਨੂੰ ਭਜਾਉਣੇ ਆ ਤਾਂ 30.80 ਕਿਲੋਮੀਟਰ ਪ੍ਰਤੀ ਘੰਟੇ ਦੀ ਆਪਾਂ ਨੂੰ ਜਿਹੜੀ ਕੰਪਨੀ ਦਾਵਾ ਕਰਦੀ ਆ ਇਹ ਹਾਈ ਸਪੀਡ ਮਿਲਦੀ ਆ ਇਹ ਜੇ ਆਪਾਂ ਕਲਚ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ ਸਿੰਗਲ ਕਲਚ ਤੇ ਡਿਊਲ ਕਲਚ ਮਤਲਬ ਕਿ ਦੂਰਾ ਕਲਚ ਤੇ ਕੈਰੇ ਕਲਚ ਦੋਨਾਂ ਦੀ ਆਪਸ਼ਨ ਆਪਾਂ ਨੂੰ ਮਿਲ ਜਾਂਦੀ ਆ ਜੇ ਆਪਾਂ ਬ੍ਰੇਕਾਂ ਦੀ ਇਹਦੀ ਗੱਲ ਕਰੀਏ ਵੀਰੋ ਤਾਂ ਆਪਾਂ ਨੂੰ ਇਹਦੇ ਵਿੱਚ ਮਲਟੀ ਡਿਸਕ ਔਇਲ ਅਮਰਜਡ ਬ੍ਰੇਕ ਮਿਲਦੇ ਆ ਮਤਲਬ ਕਿ ਜਿਹਨੂੰ ਆਪਾਂ ਕਹਿੰਦੇ ਆ ਤੇਲ ਵਾਲੇ ਬ੍ਰੇਕ ਮਤਲਬ ਔਇਲ ਬ੍ਰੇਕ ਕਹਿੰਦੇ ਨੇ ਜਿਹਨੂੰ ਆਪਾਂ ਉਹ ਮਿਲਦੇ ਤੇ ਆਪਸ਼ਨ ਇਹਦੇ ਵਿੱਚ ਆਪਾਂ ਨੂੰ ਡਰਾਈ ਬ੍ਰੇਕਾਂ ਦੀ ਮਿਲਦੀ ਆ ਪਰ ਡਰਾਈ ਬ੍ਰੇਕਾਂ ਵਾਲਾ ਵੀ ਲੈ ਸਕਦੇ ਆ ਜੇ ਆਪਾਂ ਆਇਲ ਬ੍ਰੇਕਾਂ ਦੀ ਗੱਲ ਕਰੀਏ ਵੀਰੋ ਇਹਦਾ ਜਿਹੜਾ ਕੰਟਰੋਲ ਹੁੰਦਾ ਡਰਾਈਵ ਬ੍ਰੇਕਾਂ ਨਾਲੋਂ ਵਧੀਆ ਹੁੰਦਾ ਤੇ ਬਾਕੀ ਜੇ ਆਪਾਂ ਇਹ ਸਟੀering ਦੀ ਗੱਲ ਕਰੀਏ ਆਪਾਂ ਨੂੰ ਇਹਦੇ ਵਿੱਚ ਮੈਕੈਨੀਕਲ ኦਪਰੇਟਿਡ ਸਟੀering ਮਿਲਦਾ ਮੈਕੈਨੀਕਲ ਮਤਲਬ ਕਿ ਰਾਡ ਦੇ ਨਾਲ ਜਿਹੜਾ ਸਟੀering ਹੁੰਦਾ ਪਾਵਰ ਸਟੀering ਨਹੀਂ ਮਿਲਦਾ ਪਰ ਆਪਸ਼ਨ ਆਪਣੇ ਕੋਲੇ ਹੈਗੀ ਆ ਜੇ ਆਪਾਂ ਲੈਣਾ ਚਾਹੀਏ ਉਹ ਆਪਾਂ ਨੂੰ ਦੇਖੋ ਜਿੰਨਾ ਕਹਿੰਦੇ ਹੁੰਦੇ ਮਿੱਠਾ ਪਾਵਾ ਖੰਡ ਪਾਵਾ ਕਿ ਉਹ ਵੀ ਜੀ ਚਾਹ ਬਾਂ ਜੋ ਗੱਲ ਆਣਾ ਆਪਾਂ ਨੂੰ ਪਾਵਰ ਸਟੀering ਵੀ ਆਪਸ਼ਨ ਵੀ ਕੰਪਨੀ ਇਹਦੇ ਵਿੱਚ ਦਿੱਤੀ ਆ ਆਪਾਂ ਪਾਵਰ ਸਟੀering ਵੀ ਲੈ ਸਕਦੇ ਆ ਤੇ ਸਟੀering ਦੇ ਨਾਲ ਹੀ ਆਪਾਂ ਨੂੰ ਹੈਂਡ ਰੇਸ ਵੇਖਣ ਨੂੰ ਮਿਲ ਜਾਂਦੀ ਆ ਜਿਵੇਂ ਹੱਥ ਲਾਉਂਦੇ ਆ ਜਿ ਆਪਾਂ ਇਹਦੇ ਪੀਟੀਓ ਦੀ ਗੱਲ ਕਰੀਏ ਹਨਾ 6 ਸਪਿੰਡਲ ਸ਼ਾਫਟ ਇਹਦੀ ਆਪਾਂ ਨੂੰ ਮਿਲਦੀ ਆ ਲਾਈਵ ਪੀਟੀਓ ਆ ਪੀਟੀਓ ਦੀ ਸਪੀਡ ਜੇ ਆਪਾਂ ਆਨ ਸਟੈਂਡਰਡ ਗੱਲ ਕਰੀਏ 540 ਆਰਪੀਐਮ 1944 ای آر پی ایم ਤੇ ਮਿਲਦਾ ای آر پی ایم ਦਾ ਮਤਲਬ ਹੁੰਦਾ ਇੰਜਨ ਰੇਟਡ ਆਰਪੀਐਮ ਮਤਲਬ ਇੰਜਨ ਰੇਟਡ ਆਰਪੀਐਮ ਦੀ ਸਪੀਡ ਮਤਲਬ ਇੰਜਨ ਦਾ ਜਦੋਂ ਆਪਾਂ ਆਰਪੀਐਮ ਦਾ 1944 ਤਾਂ ਆਪਾਂ ਨੂੰ ਪੀਟੀਓ ਦਾ 540 ਹਜ਼ਾਰ ਰੁਪਏ ਮਿਲਦਾ ਤੇ ਇਹਦਾ ਜਿਹੜਾ ਪੀਟੀਓ ਆ ਇਹ ਮਲਟੀ ਸਪੀਡ ਹੁੰਦਾ ਤੇ ਰਿਵਰਸ ਪੀਟੀ ਆਪਸ਼ਨ ਵੀ ਇਹਦੇ ਵਿੱਚ ਮਿਲਦੀ ਆ ਮਤਲਬ ਵੀ ਆਪਾਂ ਨੂੰ ਰਿਵਰਸ ਵੀ ਚਲਾ ਸਕਦਾ ਪੁੱਠਾ ਵੀ ਚਲਾ ਸਕਦੇ ਆ ਸਿੱਧਾ ਵੀ ਚਲਾ ਸਕਦੇ ਆ ਤੇ ਮਲਟੀ ਸਪੀਡ ਆ ਉਹ ਆਪਣੇ ਅਕੋਰਡਿੰਗਲੀ ਆਪਾਂ ਸੈੱਟ ਕਰ ਸਕਦੇ ਆ ਤੇ ਆਪਾਂ ਜੇ ਇਹਦੀ ਲੈਫਟ ਦੀ ਗੱਲ ਕਰੀਏ ਤਾਂ ਆਪਾਂ ਨੂੰ 1650 ਕਿਲੋ ਦੀ ਲਿਫਟਿੰਗ ਕਪੈਸਟੀ ਮਿਲਦੀ ਆ ਮਤਲਬ ਕਿ ਜਿਹੜੀ ਉਹਦੀ ਲੈਫਟ ਆ ਸਾਢੇ 1650 ਕਿਲੋ ਵੇਟ ਉਹ ਚੱਕ ਸਕਦੀ ਆ اٹھਾ ਸਕਦੀ ਆ ਠੀਕ ਹੈ ਤੇ ਜੇ ਆਪਾਂ ਦੇ ਫਿਊਲ ਟੈਂਕ ਦੀ ਗੱਲ ਕਰੀਏ ਮਤਲਬ ਕਿ ਤੇਲ ਇਹਦੇ ਡੀਜ਼ਲ ਕਿੰਨਾ ਪਿਆ ਜਾਂਦਾ ਉਹਦੀ ਕੈਪੈਸਿਟੀ ਤਾਂ 45 ਲੀਟਰ ਕੈਪੈਸਿਟੀ ਦਾ ਇਹਦੇ ਵਿੱਚ ਆਪਾਂ ਨੂੰ ਫਿਊਲ ਟੈਂਕ ਮਿਲਦਾ ਬੈਟਰੀ 12 ਬੋਲਟ 75 ਐਂਪੀਅਰ ਦੀ ਇਹ ਵੀ ਆਪਾਂ ਨੂੰ ਬੈਟਰੀ ਮਿਲਦੀ ਆ ਤੇ ਆਪਾਂ ਇਹਦੇ ਜੇ ਹੁਣ ਟਾਇਰਾਂ ਦੀ ਗੱਲ ਕਰੀਏ ਜਿਹੜੇ ਆਪਾਂ ਨੂੰ ਫਰੰਟ ਟਾਇਰ ਆ ਉਹ 616 ਦੇ ਮਿਲ ਜਾਂਦੇ ਆ ਤੇ ਜਿਹੜੇ ਪਿਛਲੇ ਰੀਅਰ ਟਾਇਰ ਕਹਦੇ ਨੇ ਜਿਨ੍ਹਾਂ ਨੂੰ ਆਪਾਂ ਉਹ 13.6 ਤੇ 28 13 6 28 ਦੇ ਮਿਲਦੇ ਆ ਤੇ ਆਪਾਂ ਨੂੰ ਆਪਸ਼ਨ ਇੱਕ ਇਹ ਜੋ 14928 ਦੇ ਵੀ ਮਿਲ ਜਾਂਦੀ ਆ ਉਹ ਆਪਸ਼ਨਲ ਕੰਪਨੀ ਵੱਲੋਂ ਜੇ ਆਪਾਂ ਉਹ ਲੈਣੇ ਚਾਹੀਏ 14928 ਉਹ ਵੀ ਮਿਲ ਜਾਂਦੇ ਆ ਉਂਝ 13628 ਇਹਦੇ ਵਿੱਚ ਆਉਂਦਾ ਠੀਕ ਹੈ ਤੇ ਇਹ ਜੇ ਆਪਾਂ ਇਹਦੇ ਹੁਣ ਆਪਾਂ ਗੱਲ ਕਰੀਏ ਰੇਟ ਦੀ ਤਾਂ 6 ਲੱਖ 10000 ਤੋਂ ਲੈ ਕੇ 6 ਲੱਖ 40000 ਦਾ ਇਹਦਾ ਜਿਹੜਾ ਔਨ ਰੋਡ ਰੇਟ ਪੈਂਦਾ ਆਪਾਂ ਨੂੰ ਏਜੰਸੀ ਦੇ ਵਿੱਚੋਂ ਪਰ ਜਿਵੇਂ ਕਿ ਅਸੀਂ ਮੰਡੀਆਂ ਦੀਆਂ ਵੀਡੀਓ ਲੈ ਕੇ ਆਉਣੇ ਰਹਿੰਦੇ ਆ ਨਾ ਤਲਵੰਡੀ ਸਾਬੋ ਟਰੈਕਟਰ ਮੰਡੀ ਦੀ ਵੀਡੀਓ ਹੋ ਗਈ ਜਾਂ ਹੋਰ ਵੀ ਮੰਡੀਆਂ ਦੀ ਅੱਗੇ ਵੀਡੀਓ ਲੈ ਕੇ ਆਇਆ ਕਰਾਂਗੇ ਜੇ ਆਪਾਂ ਉੱਥੋਂ ਦੇਖੀਏ ਮੰਡੀਆਂ ਚ ਤਾਂ ਇਹਦਾ ਰੇਟ ਆਪਾਂ ਨੂੰ ਇਹਦੇ ਮਤਲਬ ਕਿ 6.5 ਲੱਖ ਦੇ ਅੱਧ ਤੋਂ ਵੀ ਕਾਫੀ ਘੱਟ ਮਿਲ ਜਾਂਦਾ। ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਸੋਟੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾ ਕਰਨ ਤੇ ਇਹ ਵੀਡੀਓ ਕਿਵੇਂ ਲੱਗੀ ਇਦਾਂ ਦੀ ਹੋਰ ਵੀਡੀਓ ਕਿਦਾਂ ਦੀ ਤੁਸੀਂ ਚਾਹੁੰਦੇ ਮਤਲਬ ਇਹ ਉਹ ਵੀ ਸਾਨੂੰ ਕਮੈਂਟਾਂ ਜਰੂਰ ਦੱਸੋ ਹਨ ਆਪਾਂ ਗਾਂਹ ਟਰੈਕਟਰਾਂ ਦਾ ਕੰਪੈਰੀਜ਼ਨ ਵੀ ਲੈ ਕੇ ਆਇਆ ਕਰਾਂਗੇ ਸਾਨੂੰ ਦੱਸੋ ਵੀ ਸਾਨੂੰ ਫਲਾਣੇ ਫਲਾਣੇ ਟਰੈਕਟਰ ਦਾ ਕੰਪੈਰੀਜ਼ਨ ਚਾਹੀਦਾ। ਸਵਰਾਜ ਹੋ ਗਿਆ ਸੋਨਾ ਲੀਕਾ ਹੋ ਗਿਆ ਚੌਂਡੀਅਰ ਹੋ ਗਿਆ ਆਪਾਂ ਦੋ ਦੋ ਟਰੈਕਟਰਾਂ ਦਾ ਕੰਪੈਰੀਜ਼ਨ ਵੀ ਕਰਿਆ ਕਰਾਂਗੇ ਪਾਵਰ ਦਾ ਹੋਰ ਸਾਰੇ ਕਾਸੇ ਦਾ ਤੇ ਵੀਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਸਾਨੂੰ ਸਪੋਰਟ ਕਰੋ ਆਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ